ਅਸਲਾਮ ਵਾਲੇਕਮ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੋ ਉਮੀਦ ਹੈ ਸਭ ਠੀਕ ਹੋਵੋਗੇ ਅੱਜ ਤੁਹਾਨੂੰ ਲੈ ਕੇ ਜਾਣੇ ਆ ਰਿਆਂ ਪ੍ਰਾਈਮਾਰਟ ਦਾ ਵਿਜ਼ਿਟ ਕਰਾਨੇ ਰਿਆਂ ਕਿ ਪ੍ਰਾਈਮਾਰਕਿਚ ਕੀ ਕੀ ਰੱਖੀ ਕੀ ਨਹੀਂ ਰਹਾ ਤੇ ਅਸੀਂ ਗਏ ਅਸੀਂ ਪ੍ਰਾਈਮਾਰਕਿਚ ਤੇ ਉੱਥੇ ਲੈਣਾ ਸੀ ਘਰ ਪਾਣਾਂ ਦੀਆਂ ਟੀ-ਸ਼ਰਟਾਂ ਤੇ ਨਾਲੇ ਨਾ ਅੱਜ ਕੱਲ ਤੁਹਾਨੂੰ ਪਤਾ ਗੋਂ ਚੱਲਿਆ ਆ ਵੀ ਪਹਿਲੇ ਹੁੰਦਾ ਸੀ ਖੁੱਲਾ ਅਗੋ ਬੰਨਣਾ ਪੈਂਦਾ ਸੀ ਤੇ ਹੁਣ ਸ਼ਰਟ ਟਾਈਪ ਦਾ ਚੱਲਿਆ ਆ ਤੇ ਮੈਂ ਲੈ ਕੇ ਆਇਆ ਟੈਸਕੋ ਚੋਂ ਤੇ ਬੱਚਿਆਂ ਨੇ ਕਿਹਾ ਸੀ ਮਿਲ ਲੈਣਾ ਰਵੀ ਲੇਕਿਨ ਛੋਟੇ ਦਾ ਮਿਲ ਗਿਆ ਸੀ ਟੈਸਕੋ ਚੋਂ ਲੇਕਿਨ ਉਹ ਵੱਡਿਆਂ ਦਾ ਨਹੀਂ ਸੀ ਐ ਤੇ ਮੈਂ ਆਨਲਾਈਨ ਦੇਖਿਆ ਤੇ ਪ੍ਰਾਈਮ ਮਾਰਕੀ ਚ ਸੀ ਮੈਂ ਕਿਹਾ ਚਲੋ ਚੱਲ ਨਹੀਂ ਰਹੇ ਪ੍ਰਾਈਮ ਮਾਰਕੀ ਚੋਂ ਲੈ ਲੈਣੇ ਰਿਹਾ ਕਾਫੀ ਵੈਰਾਈਟੀ ਆਈ ਬਹੁਤ ਜ਼ਿਆਦਾ ਆਈ ਮੈਂ ਕਿਹਾ ਤੁਹਾਨੂੰ ਵੀ ਸਾਰਾ ਕੁਝ ਵਖਾ ਦੇਣੇ ਤੇ ਮੈਨੂੰ ਫੋਲੋ ਲਾਈਕ ਕਰਨਾ ਨਾ ਭੁੱਲਣਾ ਇਹੋ ਜਿਹੇ ਸਾਰੇ ਪਏ ਸਨ ਲੇਕਿਨ ਬੱਚਿਆਂ ਨੂੰ ਕੋਈ ਪਸੰਦ ਨਹੀਂ ਸੀ ਆਇਆ ਇਹ ਦੋਵਾਂ ਵੱਡਿਆਂ ਨੂੰ ਨਾ ਨਾਂ ਦੇ ਪਾਪਾ ਨਾ ਵੱਡੇ ਦੋਵਾਂ ਨੂੰ ਲੇਕਿਨ ਜਿਹੜਾ ਵਿਚਕਾਰ ਵਾਲਾ ਸੀ ਉਹਨੇ ਇੱਕ ਲੈ ਲਿਆ ਗ੍ਰੇ ਕਲਰ ਦਾ ਨਾ ਤੇ ਛੋਟੇ ਨੇ ਲੈ ਲਿਆ ਸੀ ਇਹ ਇੰਜ ਦਾ ਵੂਲ ਦਾ ਨਾ 슬ੀਪਿੰਗ ਸੂਟ ਲੈ ਲਿਆ। ਤੇ ਨਾਲ ਅਸੀਂ ਥੋੜੀਆਂ ਦੋ ਤਿੰਨ ਸ਼ਰਟਾਂ ਨਹੀਂ ਲਈਆਂ। ਜ਼ਿਆਦਾ ਅਸੀਂ ਸ਼ਾਪਿੰਗ ਨਹੀਂ ਸੀ ਕਰਨੀ ਰੀ। ਐਵੇਂ ਅਸੀਂ ਬਸ ਗਏ ਤੇ ਕਿਤੇ ਜ਼ਿਆਦਾ ਗੋਨਾ ਸੀ ਸਨ ਲੇਕਿਨ ਜੋ ਉਹਨਾਂ ਨੇ ਨੈਟ ਤੇ ਵੇਖੇ ਸਨ ਨਾ ਉਹ ਡਿਜ਼ਾਈਨ ਖਤਮ ਹੋ ਗਏ ਸਨ ਅਸੀਂ ਲੇਟ ਹੋ ਗਏ ਸਾਂ। ਤੇ ਲੇਕਿਨ ਇੱਕ ਲਈ ਲਿਆ ਸੀ ਤੇ ਇੱਕ ਨੇ ਗਰਮ ਸੂਟ ਲੈ ਲਿਆ ਸੀ। ਤੇ ਦੇਖੋ ਵੈਰਾਈਟੀ ਬਹੁਤ ਜ਼ਿਆਦਾ ਹੀ ਹੈ ਤੇ ਪ੍ਰਾਈਮਾਰਕ ਵੀ ਹੁਣ ਕੋਈ ਸਸਤਾ ਨਹੀਂ ਰਿਹਾ ਰਬ ਬਹੁਤ ਮਹਿੰਗਾ ਹੋ ਗਿਆ ਹੈ ਅਭੀ ਇੱਕ ਵਕਤ ਹੁੰਦਾ ਸੀ ਲੋਕੀ ਕਹਿੰਦੇ ਸਨ ਕਿ ਚਲੋ ਪ੍ਰਾਈਮਾਰਕ ਚਲੇ ਜਾਨੇ ਆ ਚਲੋ ਸਸਤੀ ਚੀਜ਼ ਬੱਚਿਆਂ ਦੇ ਲਈ ਲੈ ਲੈਣੇ ਆ ਨਾਲੋਂ ਨਾਲ ਇਹ ਤਾਂ ਵੱਡੇ ਹੁੰਦੇ ਰਹਿੰਦੇ ਨੇ ਲੇਕਿਨ ਪ੍ਰਾਈਮਾਰਕ ਵਿੱਚ ਐਸੀ ਕੋਈ ਸਸਤੀ ਸ਼ੈਅ ਨਹੀਂ ਹੈ ਪ੍ਰੋਪਰ ਜਿਵੇਂ ਦੂਜੀਆਂ ਸ਼ਾਪਾਂ ਤੇ ਵੀ ਤੁਹਾਨੂੰ ਪੈਸਿਆਂ ਦੇ ਮਿਲਦੀ ਹੈ ਨਾ ਜਿੰਨੀ ਪ੍ਰਾਈਸ ਹੁੰਦੀ ਉੰਝੀ ਹੁਣ ਪ੍ਰਾਈਮਾਰਕ ਵਿੱਚ ਵੀ ਮਿਲਦੀ ਹੈ ਉੱਤੇ ਰਵੀ ਕਿਨਾਂਦ ਐਨੀ ਜੈਂਸ ਦਾ ਤੇ ਬੱਚਿਆਂ ਦਾ ਉੱਤੇ ਸੀ ਤੇ ਥੱਲੇ ਸਾਰਾ ਲੇਡੀਜ਼ ਲੇਡੀਜ਼ ਦਾ ਵੱਡਾ ਹੁੰਦਾ ਵੇ ਕਿਉਂਕਿ ਲੇਡੀਜ਼ ਬਹੁਤ ਜ਼ਿਆਦਾ ਸ਼ਾਪਿੰਗਾਂ ਕਰਦੀਆਂ ਤੇ ਮਰਦਾਂ ਵਿਚਾਰਿਆਂ ਦੇ ਇੰਨੇ ਕੱਪੜੇ ਨਹੀਂ ਹੁੰਦੇ ਜਿ ਬੁੱਡੀਆਂ ਦਾ ਜ਼ਿਆਦਾ ਰੰਗ ਪਰੰਗੇ ਹੁੰਦੇ ਨੇ ਸਵੈਟਰ ਦੀ ਬੜੀ ਵਾਇਰੈਟੀ ਆਈ ਸੀ ਜੁੱਤੀਆਂ ਦੀ ਤੇ ਲੇਕਿਨ ਸੇਲ ਕਿਸੇ ਚੀਜ਼ ਤੇ ਨਹੀਂ ਲੱਗੀ ਅਗਰ ਤੁਹਾਨੂੰ ਕੋਈ ਕਹੇ ਕਿ ਟਿਕਟੌਕ ਤੇ ਜਾਂ YouTube ਤੇ ਕੋਈ ਕਹੇ ਕਿ ਪ੍ਰਾਈਮਰਕੀ ਸੇਲ ਲੱਗੀ ਪਰ ਕਿਸੇ ਤੇ ਨਹੀਂ ਲੱਗੀ ਬਸ ਚਪਲੀਆਂ ਤੇ ਲੱਗੀ ਇਸ ਪੰਜਾਬੀਆਂ ਪੈਰੀਆਂ ਦੀ ਦੋ ਤਿੰਨ ਕਲਰਾਂ ਤੇ ਲੱਗੀ ਸੀ ਉਹ ਵੀ স্মੋਲ ਤੇ మీడియం ਰਹਿ ਗਿਆ ਆ ਸੀ ਤਾਜ਼ਾ ਸੀ ਉਹਨਾਂ ਨੇ ਲਾ ਦਿੱਤਾ ਸੀ ਹੋਰ ਕੋਈ ਐਡਾ ਸਾਈਜ਼ ਨਹੀਂ ਸਨ ਹੈ ਤੇ ਇਆਂ ਇੱਕ ਦੋ ਬੂਟਾਂ ਤੇ ਲੱਗੀ ਸੀ ਗਰਮੀਆਂ ਵਾਲੇ ਲੇਕਿਨ ਹੋਰ ਕਿਸੇ ਚੀਜ਼ ਤੇ ਵੀ ਨਾ ਸੇਲ ਨਹੀਂ ਸੀ ਲੱਗੀ ਹੈ ਦੇਖੋ ਇਹ ਦੋ ਕਲਰਾਂ ਤੇ ਲੱਗੀ ਸੀ ਬਸ ਆਫਰ 50% ਦੀ ਨਾ ਲੇਕਿਨ স্মੋਲ ਤੇ ਜਿੰਦਾ మీడియం ਸਾਈਜ਼ ਹੈ ਉਹ ਜਾ ਕੇ ਲੈ ਲੈ ਸਾਡਾ ਤਾਂ ਹੈ ਨਹੀਂ ਸੀ ਤੇ ਅਸੀਂ ਲਿਆ ਵੀ ਨਹੀਂ ਇਹ ਲੇਕਿਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੈਰਾਈਟੀ ਆਈ ਜੀ ਇਸੇ ਤੇ ਮੈਨੂੰ ਫੋਲੋ ਲਾਈਕ ਲਾਜ਼ਮੀ ਕਰਨਾ ਨਾ ਤੇ ਮੈਂ ਕਿਹਾ ਚਲੋ ਤੁਹਾਨੂੰ ਨਾਲੇ ਜਾਂਦੇ ਜਾਂਦੇ ਪ੍ਰਾਈਮ ਮਾਰਕ ਦਾ ਵੀ ਚੱਕਰ ਵਹਾ ਦੇਨੇ ਨੇ ਪ੍ਰਾਈਮ ਮਾਰਕ ਕੀ ਜੁਐਲਰੀ ਬੱਚਿਆਂ ਦੀ ਗਲ ਦੀਆਂ ਚੀਜ਼ਾਂ ਬੈਗ ਜੁੱਤੀਆਂ ਸਵੈਟਰ ਹਰ ਸ਼ੈਅ ਆਈ ਕੋਈ ਐਸੀ ਸ਼ੈਅ ਨਹੀਂ ਹੈ ਜ ਜੀ ਤੁਹਾਨੂੰ ਪ੍ਰਾਈਮ ਮਾਰਕ ਵਿੱਚ ਨਾ ਇਹ ਗੱਲ ਹੈ ਵੀ ਕਿ ਪ੍ਰਾਈਮ ਮਾਰਕ ਦੀ ਜਗ੍ਹਾ ਤੁਸੀਂ ਜਾਂਦੇ ਰਹੇ ਹੋ ਨਾ ਕਿ ਤੁਹਾਨੂੰ ਇੱਕ ਜਗ੍ਹਾ ਤੇ ਹਰ ਸ਼ੈਅ ਮਿਲ ਜਾਣਗੀ ਜੁਐਲਰੀ ਮਿਲ ਜਾਏਗੀ ਪਰਸ ਮਿਲ ਜਾਏਗੇ ਜੁੱਤੀਆਂ ਮਿਲ ਜਾਣਗੀਆਂ ਕਪੜੇ ਵਗੈਰਾ ਜਿਸ ਤਰ੍ਹਾਂ ਦੇ ਵੀ ਤੁਸੀਂ ਕਹਿੰਦੇ ਹੋ ਨਾ ਉਸ ਤਰ੍ਹਾਂ ਦੇ ਤੁਹਾਨੂੰ ਕਪੜੇ ਮਿਲ ਜਾਣਗੇ ਤੇ ਕਿਨ ਮੇਕਅਪ ਵੀ ਬੜਾ ਹੈ ਰਸੀ ਮੇਕਅਪ ਵੀ ਬਹੁਤ ਅੱਛਾ ਹੈ ਰਸੀ ਮੈਂ ਕਦੀ ਲਿਆ ਤੇ ਨਹੀਂ ਹੈ ਲੇਕਿਨ ਮੇਕਅਪ ਵੀ ਬਹੁਤ ਜ਼ਿਆਦਾ ਹੈ ਰਸੀ ਲੋਕ ਬਹੁਤ ਜ਼ਿਆਦਾ ਲੈਂਦੇ ਪੈਸੇ ਕਿਉਂਕਿ ਮੈਂ ਇਨਾ ਮੇਕਅਪ ਕਰਦੀ ਨਹੀਂ ਹੈ ਤੇ ਇਸ ਲਈ ਮੈਂ ਇਨਾ ਬਾਇਕ ਕਰਦੀ ਨਹੀਂ ਹੈ ਤੇ ਮੈਨੂੰ ਫੋਲੋ ਲਾਈਕ ਲਾਜ਼ਮੀ ਕਰਨਾ ਸੀ ਆ ਗਿਆ ਟੇਲ ਤੇ ਲਈਆਂ ਸੀ ਚਾਰ ਚੀਜ਼ਾਂ ਸਨ ਇਹ ਵਾਲੀਆਂ ਤੇ ਬਿੱਲ ਵੇਖੋ ਸਾਡਾ ਕਿੰਨਾ ਬਣ ਗਿਆ ਰਵੇ ਵੇਖ ਤੇ ਓਕੇ ਜੀ ਅੱਲਾ ਫੇਸ ਅਸੀਂ ਹੁਣ ਚੱਲਨੇ ਆ ਪੇ ਕਰਕੇ ਤੇ ਮੈਨੂੰ ਫੋਲੋ ਲਾਈਕ ਲਾਜ਼ਮੀ ਕਰਨਾ ਅੱਲਾ ਫੇਸ ਤੇ ਤੁਸੀਂ ਵੀ ਗੱਲ ਹੈ ਨਾ ਪ੍ਰਾਈਮ ਮਾਰਕ ਦਾ ਨਾ ਵਿਜ਼ਿਟ ਕਰ ਲੈਣਾ ਜੇ ਦਿਲ ਮੰਨਿਆ ਤੇ